ਪੰਜਾਬ ਦਾ ਮਸ਼ਹੂਰ ਗਾਇਕ ਤੇ ਟਿੱਬਿਆਂ ਦਾ ਪੁੱਤ ਸਿੱਧੂ ਮੂਸੇਵਾਲਾ ਹੁਣ ਸਾਡੇ ਵਿਚਕਾਰ ਨਹੀਂ ਰਿਹਾ। ਉਸ ਦਾ 29 ਮਈ 2022 ਵਾਲੇ ਦਿਨ ਕਤਲ ਕਰ ਦਿੱਤਾ ਗਿਆ। ਕੀ ਤੁਹਾਨੂੰ ਪਤਾ ਹੈ ਕਿ ਸਿੱਧੂ ਮੂਸੇਵਾਲੇ ਨੇ ਕਿੰਨਾ ਸੰਘਰਸ਼ ਕਰਕੇ ਇੰਨਾ ਨਾਮ ਅਤੇ ਸ਼ੌਹਰਤ ਨੂੰ ਕਮਾਇਆ ਸੀ? ਜੇਕਰ ਨਹੀਂ ਪਤਾ ਤਾਂ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ। ਇਸ ਦੇ ਵਿੱਚ ਅਸੀਂ ਤੁਹਾਨੂੰ ਸਿੱਧੂ ਦਾ ਲਾਈਫ ਸਟਾਈਲ ਤੇ ਉਸ ਦੀ ਪੂਰੀ ਜੀਵਨੀ ਜਾਨੀ ਕਿ ਬਾਇਓਗ੍ਰਾਫੀ ਬਾਰੇ ਦੱਸਾਂਗੇ। ਸਿੱਧੂ ਮੂਸੇਵਾਲੇ ਦਾ ਅਸਲੀ ਨਾਮ ਸ਼ਬਦੀਪ ਸਿੰਘ ਸਿੱਧੂ ਹੈ ਤੇ ਉਸ ਦਾ ਨਿਕਨੇਮ ਸਿੱਧੂ ਹੈ। ਪ੍ਰੋਫੈਸ਼ਨ ਤੋਂ ਸਿੱਧੂ ਸਿੰਗਰ, ਰੈਪਰ, ਐਕਟਰ ਅਤੇ ਇੱਕ ਪੋਲੀਟੀਸ਼ੀਅਨ ਸੀ। ਸਿੱਧੂ ਮੂਸੇਵਾਲੇ ਦਾ ਜਨਮ 11 ਜੂਨ 1993 ਨੂੰ ਮਾਨਸਾ ਜ਼ਿਲ੍ਹਾ ਦੇ ਮੂਸਾ ਪਿੰਡ ਦੇ ਵਿੱਚ ਹੋਇਆ ਤੇ 29 ਮਈ 2022 ਨੂੰ ਜਵਾਰ ਕੇ ਪਿੰਡ ਦੇ ਵਿੱਚ ਉਸ ਦਾ ਕਤਲ ਕਰ ਦਿੱਤਾ ਗਿਆ। ਸਿੱਧੂ 6ਵੀਂ ਜਮਾਤ ਤੋਂ ਹੀ ਹਿਪ ਹੌਪ ਸੁਣਨ ਲੱਗ ਗਏ ਸਨ ਤੇ ਕੁਝ ਸਮੇਂ ਬਾਅਦ ਉਹਨਾਂ ਨੇ ਲੁਧਿਆਣੇ ਦੇ ਹਰਵਿੰਦਰ ਬਿੱਟੂ ਤੋਂ ਸੰਗੀਤ ਦੀ ਸਿੱਖਿਆ ਵੀ ਲਈ। ਉਹਨਾਂ ਨੇ ਆਪਣੀ ਮੁੱਢਲੀ ਪੜ੍ਹਾਈ ਆਪਣੇ ਪਿੰਡ ਦੇ ਸਕੂਲ ਮੂਸਾ ਤੋਂ ਹੀ ਪ੍ਰਾਪਤ ਕੀਤੀ ਤੇ ਅੱਗੇ ਦੀ ਪੜ੍ਹਾਈ ਲਈ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਜਾਣ ਕੇ GNE ਕਾਲਜ ਲੁਧਿਆਣਾ ਵਿੱਚ ਚਲੇ ਗਏ, ਜਿੱਥੋਂ ਸਿੱਧੂ ਮੂਸੇਵਾਲਾ ਨੇ ਸਾਲ 2016 ਦੇ ਵਿੱਚ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਡਿਗਰੀ ਪ੍ਰਾਪਤ ਕੀਤੀ। ਜਦੋਂ ਸਿੱਧੂ ਮੂਸੇਵਾਲਾ ਲੁਧਿਆਣੇ ਦੇ ਵਿੱਚ ਡਿਗਰੀ ਕਰ ਰਿਹਾ ਸੀ ਉਸ ਸਮੇਂ ਉਸਨੇ ਪੰਜਾਬ ਦੇ ਇੱਕ ਮਸ਼ਹੂਰ ਗੀਤਕਾਰ ਨੂੰ ਆਪਣੇ ਲਈ ਗੀਤ ਲਿਖਣ ਨੂੰ ਕਿਹਾ ਸੀ, ਪਰ ਇਸ ਗੀਤਕਾਰ ਨੇ ਸਿੱਧੂ ਨੂੰ ਗਾਣਾ ਦੇਣ ਤੋਂ ਨਾਂਹ ਕਰ ਦਿੱਤੀ, ਜਿਸ ਤੋਂ ਬਾਅਦ ਸਿੱਧੂ ਮੂਸੇਵਾਲਾ ਖੁਦ ਗਾਣੇ ਲਿਖਣ ਲੱਗ ਪਿਆ ਤੇ ਆਪਣੇ ਕਾਲਜ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸਿੱਧੂ ਮੂਸੇਵਾਲਾ ਸਾਲ 2016 ਦੇ ਵਿੱਚ ਕੈਨੇਡਾ ਚਲਿਆ ਗਿਆ, ਜਿੱਥੇ ਉਸਨੇ ਨਾਲ ਦੀ ਨਾਲ ਗਾਣੇ ਵੀ ਲਿਖੇ ਤੇ ਆਪਣੀ ਪੜ੍ਹਾਈ ਵੀ ਪੂਰੀ ਕੀਤੀ। ਹੁਣ ਗੱਲ ਕਰਦੇ ਹਾਂ ਸਿੱਧੂ ਮੂਸੇਵਾਲੇ ਦੇ ਕੈਰੀਅਰ ਬਾਰੇ। ਸਿੱਧੂ ਮੂਸੇਵਾਲੇ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਐਜ਼ ਏ ਇੱਕ ਗੀਤਕਾਰ ਵਜੋਂ ਕੀਤੀ ਸੀ। ਸਿੱਧੂ ਮੂਸੇਵਾਲੇ ਨੇ ਸਾਲ 2016 ਦੇ ਵਿੱਚ ਪੰਜਾਬੀ ਸਿੰਗਰ ਨਿੰਜਾ ਦੇ ਲਈ ਲਾਇਸੈਂਸ ਗਾਣਾ ਲਿਖਿਆ ਸੀ, ਜਿਹੜਾ ਕਿ ਜ਼ਬਰਦਸਤ ਹਿੱਟ ਹੋਇਆ ਸੀ। ਇਸ ਤੋਂ ਬਿਨਾਂ ਸਿੱਧੂ ਮੂਸੇਵਾਲੇ ਨੇ ਹੋਰ ਵੀ ਕਈ ਪੰਜਾਬੀ ਸਿੰਗਰਾਂ ਨੂੰ ਆਪਣੇ ਲਿਖੇ ਹੋਏ ਗਾਣੇ ਦਿੱਤੇ ਸਨ। ਇਸ ਤੋਂ ਬਾਅਦ ਕੈਨੇਡਾ ਦੇ ਵਿੱਚ ਰਹਿੰਦੇ ਹੋਏ ਹੀ ਸਿੱਧੂ ਮੂਸੇਵਾਲੇ ਨੇ ਆਪਣਾ ਪਹਿਲਾ ਗਾਣਾ ਰਿਲੀਜ਼ ਕੀਤਾ, ਜਿਸ ਦਾ ਨਾਮ ਸੀ ਜੀ ਵੈਗਨ, ਜਿਹੜਾ ਕਿ ਜ਼ਬਰਦਸਤ ਹਿੱਟ ਹੋਇਆ ਤੇ ਫਿਰ ਨਾਲ ਦੀ ਨਾਲ ਹੀ ਸਿੱਧੂ ਨੇ ਕੈਨੇਡਾ ਦੇ ਵਿੱਚ ਰਹਿੰਦੇ ਹੋਏ ਉੱਥੇ ਲਾਈਵ ਸ਼ੋਅ ਵੀ ਕੀਤੇ ਤੇ 2017 ਦੇ ਵਿੱਚ ਉਹਨਾਂ ਨੇ ਆਪਣਾ ਗਾਣਾ ਸੋਹਾਈ ਰਿਲੀਜ਼ ਕੀਤਾ, ਜਿਹੜਾ ਕਿ ਬਹੁਤ ਜ਼ਿਆਦਾ ਜ਼ਬਰਦਸਤ ਹਿੱਟ ਸਾਬਤ ਹੋਇਆ। ਇਸ ਗਾਣੇ ਦੇ ਕਾਰਨ ਹੀ ਸਿੱਧੂ ਨੂੰ ਬ੍ਰਿਟ ਏਸ਼ੀਆ ਟੀਵੀ 뮤직 ਅਵਾਰਡ ਵੀ ਦਿੱਤਾ ਗਿਆ। ਸੋਹਾਈ ਗਾਣੇ ਤੋਂ ਬਾਅਦ ਸਿੱਧੂ ਰੁਕਿਆ ਨਹੀਂ ਤੇ ਲਗਾਤਾਰ ਆਪਣੇ ਇੱਕ ਤੋਂ ਇੱਕ ਗਾਣੇ ਰਿਲੀਜ਼ ਕਰਦਾ ਗਿਆ। ਇਸ ਤੋਂ ਬਾਅਦ ਸਿੱਧੂ ਨੇ ਐਨਸਾਇਟ, ਟੋਚਨ, ਸੈਲਫ ਮੇਡ, ਫੇਮਸ ਤੇ ਵਾਰਨਿੰਗ ਸ਼ਾਟ ਆਦਿ ਗਾਣੇ ਰਿਲੀਜ਼ ਕੀਤੇ ਤੇ ਸਾਲ 2018 ਦੇ ਵਿੱਚ ਪੀਟੀਸੀ ਪੰਜਾਬੀ ਅਵਾਰਡ ਦੇ ਲਈ ਵੀ ਸਿੱਧੂ ਨੂੰ ਨੋਮੀਨੇਟ ਕੀਤਾ ਗਿਆ ਤੇ ਨਾਲ ਹੀ ਨਾਲ ਅਗਸਤ 2018 ਦੇ ਵਿੱਚ ਪੰਜਾਬੀ ਫਿਲਮ ਡਾਕੂਆਂ ਦੇ ਮੁੰਡੇ ਲਈ ਸਿੱਧੂ ਨੇ ਟਾਈਟਲ ਸੌਂਗ ਡਾਲਰ ਗਾਇਆ ਤੇ 2 ਮਹੀਨੇ ਬਾਅਦ ਅਕਤੂਬਰ ਦੇ ਵਿੱਚ ਸਿੱਧੂ ਨੇ ਆਪਣੀ ਪਹਿਲੀ ਪੰਜਾਬੀ ਐਲਬਮ ਰਿਲੀਜ਼ ਕੀਤੀ, ਜਿਸ ਦਾ ਨਾਮ ਸੀ PVX1। ਇਸ ਦੇ ਵਿੱਚ 13 ਗਾਣੇ ਸਨ। ਸਿੱਧੂ ਦੀ ਇਹ ਐਲਬਮ ਕੈਨੇਡੀਅਨ ਐਲਬਮ ਚਾਰਟ ਦੇ ਉੱਪਰ ਟੌਪ ਦੇ ਵਿੱਚ ਰਹੀ ਤੇ ਸਿੱਧੂ ਦੀ ਇਸ ਐਲਬਮ ਦੇ ਕਾਰਨ ਉਸ ਨੂੰ ਬੈਸਟ ਐਲਬਮ ਅਵਾਰਡ ਵੀ ਮਿਲਿਆ ਤੇ ਨਾਲ ਹੀ ਇਸ ਐਲਬਮ ਦਾ ਲੈਜੈਂਡ ਗੀਤ ਟੌਪ ਆਫ ਦਾ ਈਅਰ ਵੀ ਰਿਹਾ ਤੇ ਸਿੱਧੂ ਮੂਸੇਵਾਲਾ ਇਸ ਦੇ ਨਾਲ ਹੀ ਬੈਸਟ ਮੇਲ ਸਿੰਗਰ ਅਤੇ ਬੈਸਟ ਲੀਰਿਕਸ ਬਣ ਗਿਆ। ਸਾਲ 2019 ਦੇ ਵਿੱਚ ਸਿੱਧੂ ਨੇ ਆਪਣਾ ਰਿਕਾਰਡ ਲੈਵਲ ਸਟਾਰਟ ਕੀਤਾ ਆਪਣੇ ਨਾਮ ਦੇ ਨਾਲ। ਇਸ ਲੇਵਲ ਹੇਠ ਸਿੱਧੂ ਨੇ ਹੋਮੋਸਾਈਡ ਤੇ ਸੋਹਣੇ ਲੱਗਦੇ ਗੀਤ ਰਿਲੀਜ਼ ਕੀਤੇ। ਸਾਲ 2019 ਦੇ ਵਿੱਚ ਹੀ ਸਿੱਧੂ ਦਾ ਗੀਤ 47 ਆਇਆ, ਜਿਹੜਾ ਕਿ UK ਦੇ ਸਿੰਗਲ ਚਾਰਟ ਦੇ ਉੱਪਰ ਟੌਪ 20 ਦੇ ਵਿੱਚ ਸ਼ਾਮਲ ਹੋਇਆ ਤੇ ਇਸ ਸਾਲ ਹੀ ਸਿੱਧੂ ਮੂਸੇਵਾਲਾ Spotify ਦੇ ਪਪੂਲਰ ਸਿੰਗਰਾਂ ਦੇ ਵਿੱਚ ਸ਼ਾਮਲ ਹੋ ਗਏ। 2020 ਦੇ ਵਿੱਚ ਸਿੱਧੂ ਮੂਸੇਵਾਲੇ ਨੇ ਪ੍ਰੇਮ ਢਿੱਲੋਂ ਦੇ ਨਾਲ ਮਿਲ ਕੇ ਗੀਤ ਓਲਡ ਸਕੂਲ ਰਿਲੀਜ਼ ਕੀਤਾ ਤੇ ਇਹ ਗੀਤ ਵੀ ਸਿੱਧੂ ਮੂਸੇਵਾਲੇ ਦੇ ਬਾਕੀ ਗੀਤਾਂ ਦੀ ਤਰ੍ਹਾਂ ਸੁਪਰ ਹਿੱਟ ਰਿਹਾ ਤੇ ਇਸ ਸਾਲ ਹੀ ਸਿੱਧੂ ਨੇ ਆਪਣੀ ਦੂਜੀ ਐਲਬਮ ਰਿਲੀਜ਼ ਕੀਤੀ, ਜਿਸ ਦੇ ਵਿੱਚ 8 ਗਾਣੇ ਸਨ। ਮਈ 2020 ਦੇ ਵਿੱਚ ਸਿੱਧੂ ਨੇ ਆਪਣੀ ਮਾਂ ਦੇ ਜਨਮ ਦਿਨ ਤੇ ਡੀਅਰ ਮਾਮਾ ਗਾਣਾ ਰਿਲੀਜ਼ ਕੀਤਾ ਤੇ ਫਿਰ ਜੂਨ ਦੇ ਵਿੱਚ ਉਸਨੇ ਅਮਰਤ ਮਾਨ ਦੇ ਨਾਲ ਕੋਲੈਬੋਰੇਸ਼ਨ ਕਰਕੇ ਗਾਣਾ ਬੰਬੀਹਾ ਬੋਲੇ ਰਿਲੀਜ਼ ਕੀਤਾ। ਇਸ ਗੀਤ ਨੂੰ 24 ਘੰਟਿਆਂ ਦੇ ਅੰਦਰ ਹੀ 10 ਮਿਲੀਅਨ ਤੋਂ ਵੱਧ ਵਿਊ ਹੋ ਗਏ ਸਨ। ਦਸੰਬਰ 2020 ਦੇ ਵਿੱਚ ਸਿੱਧੂ ਨੇ ਸੂਟਰ ਕਾਲੋ ਦੇ ਨਾਲ ਗੀਤ ਗੇਮ ਰਿਲੀਜ਼ ਕੀਤਾ, ਜਿਹੜਾ ਕਿ ਕੈਨੇਡੀਅਨ ਹੌਟ ਬਿਲਬੋਰਡ ਦੇ ਵਿੱਚ ਸ਼ਾਮਲ ਹੋਇਆ। ਅਤੇ 2021 ਦੇ ਵਿੱਚ ਸਿੱਧੂ ਮੂਸੇਵਾਲੇ ਨੇ ਮੂਸਾ ਟੇਪ ਰਿਲੀਜ਼ ਕੀਤੀ, ਜਿਸ ਦੇ ਵਿੱਚ 32 ਗਾਣੇ ਸਨ। ਸਤੰਬਰ 2021 ਦੇ ਵਿੱਚ ਵਾਇਰਲੈਸ ਫੈਸਟੀਵਲ ਦੇ ਦੌਰਾਨ ਇਹਨਾਂ ਨੇ ਲੰਡਨ ਦੇ ਮਸ਼ਹੂਰ ਰੈਪਰ ਮਿਸਟਰ ਦੇ ਨਾਲ ਪਰਫਾਰਮੈਂਸ ਦਿੱਤੀ। ਸਿੱਧੂ ਮੂਸੇਵਾਲਾ ਐਕਟਰ ਵੀ ਸਨ। ਇਹਨਾਂ ਨੇ ਸਾਲ 2021 ਦੇ ਵਿੱਚ ਪੰਜਾਬੀ ਫਿਲਮ ਮੂਸਾ ਜੱਟ ਰਾਹੀਂ ਡੈਬਿਊ ਕੀਤਾ ਸੀ। ਇਸ ਫਿਲਮ ਨੇ ਬਾਕਸ ਆਫਿਸ ਉੱਪਰ ਚੰਗੀ ਕਮਾਈ ਕੀਤੀ ਸੀ ਤੇ ਇਸੇ ਸਾਲ ਹੀ ਉਹਨਾਂ ਦੀ ਦੂਜੀ ਫਿਲਮ ਯੈਸ ਆਈ ਐਮ ਏ ਸਟੂਡੈਂਟ ਵੀ ਰਿਲੀਜ਼ ਹੋਈ। 2022 ਦੇ ਵਿੱਚ ਸਿੱਧੂ ਨੇ EP ਦੇ ਵਿੱਚ ਡੈਬਿਊ ਕੀਤਾ, ਜਿਸ ਦਾ ਨਾਮ ਸੀ ਨੋ ਨੇਮ। ਇਸ ਦੇ ਵਿੱਚ 4 ਗਾਣੇ ਸਨ। ਇਹਨਾਂ ਦਾ EP ਬਿਲਬੋਰਡ ਟੌਪ ਕੈਨੇਡੀਅਨ ਦੇ ਐਲਬਮ ਦੇ ਵਿੱਚ 73 ਨੰਬਰ ਦੇ ਉੱਪਰ ਰਿਹਾ। 2021 ਦੇ ਵਿੱਚ ਸਿੱਧੂ ਨੇ ਕਾਂਗਰਸ ਪਾਰਟੀ ਜੁਆਇਨ ਕਰ ਲਈ ਤੇ MLA ਦੀ ਇਲੈਕਸ਼ਨ ਲੜੀ, ਪਰ ਉਹ ਇਸ ਦੇ ਵਿੱਚ ਹਾਰ ਗਏ। ਹੁਣ ਤੁਹਾਨੂੰ ਦੱਸਦੇ ਹਾਂ ਜੀ ਸਿੱਧੂ ਮੂਸੇਵਾਲੇ ਦੀ ਫੈਮਿਲੀ ਦੇ ਬਾਰੇ। ਇਹਨਾਂ ਦੇ ਪਿਤਾ ਜੀ ਦਾ ਨਾਮ ਬਲਕਾਰ ਸਿੰਘ ਸਿੱਧੂ ਹੈ ਤੇ ਮਾਤਾ ਦਾ ਨਾਮ ਚਰਨ ਕੌਰ ਸਿੱਧੂ ਹੈ, ਜਿਹੜੇ ਕਿ ਮੂਸਾ ਪਿੰਡ ਦੇ ਸਰਪੰਚ ਵੀ ਨੇ। ਜੇਕਰ ਆਪਾਂ ਗੱਲ ਕਰੀਏ ਸਿੱਧੂ ਮੂਸੇਵਾਲੇ ਦੇ ਘਰ ਦੀ ਤਾਂ ਇਹਨਾਂ ਨੇ ਪਿੰਡ ਮੂਸੇ ਦੇ ਵਿੱਚ ਇੱਕ ਬਹੁਤ ਵਧੀਆ ਹਵੇਲੀ ਬਣਾਈ ਹੋਈ ਹੈ। ਸਿੱਧੂ ਦੀ ਕਾਰ ਕਲੈਕਸ਼ਨ ਦੀ ਗੱਲ ਕਰੀਏ ਤਾਂ ਸਿੱਧੂ ਮੂਸੇਵਾਲੇ ਨੂੰ ਲਗਜ਼ਰੀ ਕਾਰਾਂ ਦਾ ਬਹੁਤ ਜ਼ਿਆਦਾ ਸ਼ੌਂਕ ਸੀ, ਜਿਸ ਦੇ ਕਾਰਨ ਉਸ ਦੀ ਕਾਰ ਕਲੈਕਸ਼ਨ ਦੇ ਵਿੱਚ ਇੱਕ ਤੋਂ ਇੱਕ ਲਗਜ਼ਰੀ ਕਾਰਾਂ ਸ਼ਾਮਲ ਹਨ। ਸਿੱਧੂ ਦੀ ਕਾਰ ਕਲੈਕਸ਼ਨ ਦੇ ਵਿੱਚ ਜੋ ਪਹਿਲੀ ਕਾਰ ਹੈ ਉਹ ਹੈ ਮਰੂਤੀ ਸੁਜ਼ੂਕੀ ਦੀ ਜਿਪਸੀ ਤੇ ਦੂਜੀ ਕਾਰ ਹੈ ਮਹਿੰਦਰਾ ਥਾਰ ਤੇ ਤੀਜੀ ਕਾਰ ਹੈ ਮਹਿੰਦਰਾ ਸਕੋਰਪੀਓ, ਸਿਜੂ ਡੀਮੈਕਸ, ਐਂਡੈਵਰ, ਪਜੈਰੋ, ਫੋਰਚੂਨਰ ਤੇ 2 ਰੇਂਜ ਰੋਵਰ ਵੋਗ ਬਲੈਕ ਐਂਡ ਵਾਈਟ ਕਲਰ ਦੀਆਂ ਹਨ। ਹੁਣ ਆਪਾਂ ਗੱਲ ਕਰਦੇ ਹਾਂ ਸਿੱਧੂ ਮੂਸੇਵਾਲੇ ਦੀ ਕਮਾਈ ਦੀ ਤਾਂ ਸਿੱਧੂ ਮੂਸੇਵਾਲਾ ਇੱਕ ਗਾਣਾ ਕਰਕੇ ਹੀ ਲੱਖ
ਉਹਨਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਧੰਨਵਾਦ।